ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦ ਪੰਜਾਬ ਲਾਈਵ। ਵਾਹਿਗੁਰੂ ਕਹਿੰਦੇ, ਮਨੁੱਖਾ ਤੂੰ ਆਪਣੇ ਮਨ ਨੂੰ ਟਿਕਾ ਕੇ ਰੱਖ। ਜਦੋਂ ਇਸ ਮਨ ਉੱਤੇ, ਚਿੱਤ ਉੱਤੇ ਵਾਹਿਗੁਰੂ ਦੇ ਨਾਮ ਦਾ ਮੀਂਹ ਪਿਆ ਨਾ, ਤਾਂ ਉਦੋਂ ਆਪਣਾ ਜੋ ਮਨ ਹੈ ਆਪੇ ਟਿਕ ਜਾਏਗਾ। ਇਹਦੀ ਜੋ ਭਜਨਸ ਹੈ ਉਹ ਆਪੇ ਖਤਮ ਹੋ ਜਾਏਗੀ। ਇਹਦੀ ਭਜਨਸ ਨਾ ਕਰੋ, ਦੋ ਤਿੰਨ ਮਹੀਨੇ ਚੰਗੀ ਮਿਹਨਤ ਕਰ ਲਓ, ਫਿਰ ਆਪਾਂ ਖੁਦ ਕਹਾਂਗੇ ਵੀ ਮੇਰਾ ਮਨ ਟਿਕ ਗਿਆ, ਇਕਾਗਰ ਹੋ ਗਿਆ। ਫਿਰ ਆਉਂਦੀ ਹੈ ਸੰਭਾਲਣ ਦੀ ਗੱਲ। ਉਹ ਹੁਣ ਆਪਾਂ ਦੇਖਣਾ ਵੀ ਆਪਾਂ ਕਿੰਨਾ ਕੁ ਉਸ ਨਾਮ ਦੀ ਸੰਭਾਲ ਕਰ ਸਕਦੇ ਹਾਂ। ਬਸ ਕੁਝ ਚੀਜ਼ਾਂ ਯਾਦ ਰੱਖੋ। ਪਹਿਲੀ, ਇੱਕ ਤਾਂ ਕਿਸੇ ਦੀ ਅਰਦਾਸ ਨਹੀਂ ਕਰਨੀ। ਮਨੁੱਖ ਆਪਣੀ ਅਰਦਾਸ ਆਪ ਕਰੇ ਜਾਂ ਗ੍ਰੰਥੀ ਸਿੰਘ ਪਾਸੋਂ ਅਰਦਾਸ ਕਰਵਾਇਆ ਕਰੇ, ਅਤੇ ਕਦੇ ਵੀ ਕਿਸੇ ਨੂੰ ਇਹ ਨਾ ਕਹੋ ਵੀ ਇਹ ਜਾਪ ਜਾਂ ਇਹ ਸ਼ਬਦ ਕਰ ਲੈ, ਫਿਰ ਤੇਰਾ ਜੋ ਕੰਮ ਹੈ ਉਹ ਆਪੇ ਨੇਪਰੇ ਚੜ੍ਹ ਜਾਏਗਾ। ਐਵੇਂ ਤਾਂ ਆਪਾਂ ਆਪਣੀ ਵੀ ਦੱਸ ਕੇ ਜੋ ਆਪਾਂ ਪਾਠ ਕਰਦੇ ਹਾਂ ਵੀ ਮੈਂ ਇਹ ਪਾਠ ਕੀਤਾ, ਮੈਂ ਇੰਝ ਕੀਤਾ, ਫਿਰ ਆਪਾਂ ਹੋਮੇ ਨਾਲ ਲੈ ਕੇ ਆ ਰਹੇ ਹਾਂ, ਅਤੇ ਜਿੱਥੇ ਹੋਮੇ ਆ ਗਈ ਉੱਥੇ ਫਿਰ ਨਾਮ ਦੀ ਕੋਈ ਥਾਂ ਨਹੀਂ ਹੈਗੀ। ਕਹੋ ਪਾਤਸ਼ਾਹ ਜੀ, ਤੁਹਾਡੇ ਤੋਂ ਪਾਠ ਨਾਮ ਜਪਣ ਦੀ ਸੇਵਾ ਲੈਣ। ਮੈਂ ਵੀ ਮੇਰੇ ਤੋਂ ਵੀ ਸੇਵਾ ਲਈ, ਤੁਹਾਡੇ ਤੋਂ ਵੀ ਐਵੇਂ ਸੇਵਾ ਲੈਣ, ਅਤੇ ਕਿਸੇ ਦੇ ਪੈਰਾਂ ਪਿੱਛੇ ਮੇਰਾ ਵੀ ਭਲਾ ਕਰਨ। ਫਿਰ ਗੱਲ ਆਉਂਦੀ ਹੈ ਫਲਾਣਾ ਜੋ ਬਾਬਾ ਉਹ ਜਾਪ ਦੱਸਦਾ ਉਹ ਕਰੋ, ਅਤੇ ਉੱਥੇ ਜਾ ਕੇ ਮੱਥਾ ਟੇਕੋ, ਉਹਦੇ ਨਾਲ ਐਵੇਂ ਠੀਕ ਹੋ ਜਾਂਦਾ। ਵਾਹਿਗੁਰੂ ਵਾਹਿਗੁਰੂ ਹੀ ਕਹਿਣ ਨਾਲ ਆਪਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ। ਬਸ ਐਵੇਂ ਵਹਿਮਾਂ ਭਰਮਾਂ ਵਿੱਚ ਨਾ ਪਓ। ਇਹ ਤਿੰਨ ਗੱਲਾਂ, ਪਹਿਲੀ ਗੱਲ ਕਿਸੇ ਦੀ ਅਰਦਾਸ ਨਾ ਕਰੋ, ਦੂਜੀ ਗੱਲ ਕਿਸੇ ਨੂੰ ਐਵੇਂ ਨਾ ਕੋ ਆ ਸ਼ਬਦ ਕਰ ਲੈ ਆ, ਤੀਸਰੀ ਗੱਲ ਕਿਸੇ ਬਾਬਿਆਂ ਪਿੱਛੇ ਨਾ ਲਾ ਵੀ ਉੱਥੇ ਮੱਥਾ ਟੇਕਣ ਨਾਲ ਇੰਜ ਹੋ ਜਾਏਗਾ। ਇਹਨਾਂ ਵਹਿਮਾਂ ਵਿੱਚ ਨਾ ਪਵੋ, ਗੁਰਬਾਣੀ ਪੜ੍ਹੋ ਅਤੇ ਆਪਣਾ ਜੀਵਨ ਪੱਧਰ ਉੱਚਾ ਕਰੋ। ਫਿਰ ਵੇਖਿਓ ਵਾਹਿਗੁਰੂ ਕਿਵੇਂ ਮਿਹਰ ਭਰਿਆ ਹੱਥ ਆਪਣੇ 'ਤੇ ਰੱਖਦੇ ਨੇ। ਫਿਰ ਆਓ ਇਹ ਕੁਝ ਛੋਟੀਆਂ ਛੋਟੀਆਂ ਗੱਲਾਂ ਅਪਣਾ ਕੇ ਆਪਣਾ ਜੀਵਨ ਸਫਲਾ ਕਰੀਏ।